ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਸਰਹੰਦ ਦੀ ਖੂਨੀ ਕੰਧ ਅੰਦਰ ਕਿੰਜ ਹੀਰੇ ਜੜ ਕੇ ਦਿਖਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਇੱਕ ਬੁਰਜ ਬਣਾਉਣਾ ਪੈਣਾ ਏ, ਮਾਤਾ ਗੁਜਰੀ ਦੀ ਗੋਦੀ ਵਿੱਚ ਲਾਲਾਂ ਨੂੰ ਬਿਠਾਉਣਾ ਪੈਣਾ ਏ, ਪੋਦੀ ਕੈਰਾਂ ਦੀ ਸਰਦੀ ਤੋਂ ਬਾਲਾਂ ਨੂੰ ਕਿਸ ਬੁੱਕ ਵਿੱਚ ਲੁਕਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਸਰਹੰਦ ਦੀ ਖੂਨੀ ਕੰਧ ਅੰਦਰ ਕਿੰਜ ਹੀਰੇ ਜੜ ਕੇ ਦਿਖਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਸੂਬੇ ਨੇ ਹੁਕਮ ਬਜਾਉਣਾ ਏ, ਦੋ ਹੀਰੇ ਮਾਂ ਤੋਂ ਖੋਵਣ ਲਈ ਫਿਰ ਚੰਡਾਲਾਂ ਨੇ ਜਿਸ ਜਿਗਰੇ ਨਾਲ ਤੋਰੇ ਅਦਾਦੀ ਨੇ, ਉਹ ਜਿਗਰਾ ਕਿੰਜ ਵਿਖਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਹੱਥੀਂ ਗਾਨੇ ਸ਼ਹੀਦੀ ਦੇ ਸਜਦੇ ਨੇ, ਛੋਟੇ ਲਾਲ ਜੰਜ ਜਦ ਚੜਦੇ ਨੇ, ਮੁਖੜੇ ਨੂੰ ਕਲਗੀ ਮੋਂਦੀ ਏ, ਹੱਥ ਵਿੱਚ ਤਲਵਾਰ ਬਿਸਾਉਂਦੀ ਏ, ਮੋਤੀ ਮਹਿਰੇ ਨਚੋਇਆ ਜੋ ਹੰਝੂਆਂ ਦਾ, ਉਹ ਤੇਲ ਕਿੰਜ ਚੁਆਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕੰਧ ਗਿੱਟਿਆਂ ਤੀਕਰ ਹੋ ਕੇ
ਕੰਧ ਗੋਡਿਆਂ ਤੀਕ ਰਿਆਈਏ, ਬੇਰਹਿਮ ਜਲਾਦਾ ਪਾਪੀਆਂ ਨੇ ਅੱਜ ਅੱਤ ਜ਼ੁਲਮ ਦੀ ਟਾਈਏ, ਛਿਲ ਛਿਲ ਕੇ ਗੋਡੇ ਲਾਲਾਂ ਦੇ ਤੇ ਕੀਤੀ ਸਿੱਧੀ ਚਣਾਈਏ, ਜਿਹੜਾ ਗੋਡੇ ਛਿੱਲੇ ਲਾਲਾਂ ਦੇ ਉਹ ਤੇ ਸਾ ਕਿੰਜ ਕੜਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ, ਦੋ ਨਿੱਕੀਆਂ ਨਿੱਕੀਆਂ ਜਿੰਦਾ ਨੇ ਅੱਜ ਕੰਧਾਂ ਵਿੱਚ ਖਲੋ ਗਈਆਂ, ਬਣ ਕੇ ਲਾੜੀ ਦੀ ਸਹੇਲੀ ਤੇ ਹੁਣ ਇੱਟਾਂ ਵੀ ਨੇ ਰੋ ਪਈਆਂ, ਸੁੱਚਾ ਨੰਦ ਨੇ ਜੋ ਲਾਇਆ ਇੱਟਾਂ ਨੂੰ ਉਹ ਗਾਰਾ ਕਿੰਜ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ, ਇੱਟਾਂ ਪਾਗਲ ਹੋ ਕੇ ਰਹਿ ਗਈਆਂ ਲਾਲਾਂ ਦੀ ਚਰਨੀ ਟਹਿ ਪਈਆਂ, ਸ਼ਾਸ਼ਲ ਵੇਗ ਤੇ ਵਾਸ਼ਲ ਵੇਗ ਦੀਆਂ ਕੁਝ ਹੋਰ ਬਿਓਂ ਤਾਂ ਕਹਿ ਰਹੀਆਂ, ਕੋ ਕੋ ਕੇ ਮਾਰੋ ਛੁਰੀਆਂ ਨਾਲ ਇਹ ਨਸਲਾਂ ਦਾਂ ਟਹਿਣ ਗੀਆਂ, ਜਿਨ੍ਹਾਂ ਛੁਰੀਆਂ ਨ ਕੋਹਿਆ ਲਾਲਾਂ ਨੂੰ ਉਹ ਛੁਰੀਆਂ ਕਿੰਜ ਚਲਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ ਕਿਵੇਂ ਤਸਵੀਰ ਬਣਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ, ਕੋਈ ਇਹ ਨਾ ਕਹਿਰ ਸਕਦਾ ਇੰਨੀ ਅੱਤ ਜ਼ੁਲਮ ਦੀ ਲਾ ਸਕਦਾ, ਲਾਲਾਂ ਦੀਆਂ ਲਾਸ਼ਾਂ ਦੇਵਣ ਲਈ ਕੋਈ ਕਿੰਨਾ ਮੁੱਲ ਹੈ ਪਾ ਸਕਦਾ, ਟੋਡਰ ਮਲ ਨੇ ਚੁਕਾਇਆ ਜੋ ਮੋਹਰਾਂ ਨਾਲ ਉਹ ਪਿਆਰ ਕਿੰਜ ਦਿਖਾਵਾਂ ਮੈਂ, ਦਸ਼ਮੇਸ਼ ਦੇ ਛੋਟੇ ਲਾਲਾਂ ਦੀ
ਸਰਹੰਦ ਦੀ ਖੂਨੀ ਕੰਧ ਅੰਦਰ ਦੋ ਹੀਰੇ ਕਿੰਜ ਜੜਾਵਾਂ ਮੈਂ ਦਸ਼ਮੇਸ਼ ਦੇ ਛੋਟੇ ਲਾਲਾਂ ਦੀ।